ओम शांति आज सन 26 7 2022 ਦੇ ਸਾਕਾਰ ਬਾਪਤਾ ਦਾ ਜੀ ਦੇ ਮਹਾਵਾਕ ਅੱਜ ਬਾਪਤਾ ਦਾ ਜੀ ਨੇ ਆਖਿਆ ਮਿੱਠੇ ਬੱਚੇ ਡਬਲ ਸਿਰਤਾਜ ਬੰਨਣ ਦੇ ਲਈ ਡਬਲ ਇंसा ਛੱਡਣੀ ਪਵੇਗੀ ਅਨਨੋਨ ਵਾਰੀਅਰਸ ਬਨ ਕੇ ਮਾਇਆ ਦੁਸ਼ਮਨ ਤੇ ਜਿੱਤ ਪਾਣੀ ਪ੍ਰਸ਼ਨ ਹੈਗਾ ਨਿੱਕਾ ਮੁਖ ਵੱਡੀ ਗੱਲ ਇਹ ਕਹਾਵਤ ਕਿਸ ਦੇ ਲਈ ਔਰ ਕਿਉਂ ਪ੍ਰਸਿੱਧ ਸਨ ਉੱਤਰ ਹੈਗਾ ਇਹ ਕਹਾਵਤ ਪਰਮਾਤਮਾ ਦੇ ਲਈ ਸਨ ਕਿਵੇਂ ਉਹ ਸਧਾਰਨ ਤਨ ਵਿੱਚ ਬਹਿ ਕੇ ਇਸ ਛੋਟੇ ਜੇ ਨਿੱਕੇ ਜੇ ਮੁਖ ਤੋਂ ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਸੁਣਾਉਂਦੇ ਸਨ ਗਰੀਬ ਨਿਵਾਜ਼ ਬਾਪ ਤੁਹਾਡੇ ਗਰੀਬ ਬੱਚਿਆਂ ਨੂੰ ਸ਼ਾਹੂਕਾਰ ਬਣਾ ਦਿੰਦੇ ਸਨ ਤੁਸੀਂ ਬੱਚੇ ਵੀ ਆਖਦੇ ਹੋ ਅਸੀਂ ਜ਼ਬਰਦਸਤ ਵਾਰੀਅਰਸ ਸਨ ਅਸੀਂ ਰਾਵਣ ਤੇ ਜੀਤ ਪਾ ਕੇ ਸਾਰੇ ਵਿਸ਼ਵ ਨੂੰ ਵਿੱਚ ਸਵਰਗ ਦੀ ਸਥਾਪਨਾ ਕਰ ਰਹੇ ਸਨ ਤਾਂ ਇਹ ਜਿਵੇਂ ਨਿਕਾ ਮੁਖ ਵੱਡੀ ਗੱਲ ਹੋ ਗਈ ਮਨੁੱਖ ਇਹਨਾਂ ਗੱਲਾਂ ਨੂੰ ਸੁਣ ਕੇ ਹੱਸਦੇ ਸਨ ਸਮਝ ਨਹੀਂ ਸਕਦੇ ਤੁਹਾਡੀ ਜਿਹੀ ਗੱਲਾਂ ਕਰਨਾ ਕਿਸੇ ਨੂੰ ਵੀ ਆਏਗਾ ਹੀ ਨਹੀਂ ਅੱਜ ਦਾ ਗੀਤ ਸਨ ਆਖਿਰ ਉਹ ਦਿਨ ਆਇਆ ਅੱਜ ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ ਅਤੇ ਅਰਥ ਵੀ ਸਮਝਿਆ ਨਿਸ਼ਚੈ ਵੀ ਬੈਠਦਾ ਏ ਕਿ ਜਿਵੇਂ ਪਤਿਤ ਪਾਵਨ ਆਖਿਆ ਜਾਂਦਾ ਏ ਉਹ ਬਾਪ ਹੁਣ ਆਇਆ ਹੋਇਆ ਏ ਪਤਿਤ ਪਾਵਨ ਦੇ ਨਾਲ ਗਰੀਬ ਨਿਵਾਜ਼ ਅਕਸ਼ਰ ਵੀ ਲਿਖਿਆ ਜਾਂਦਾ ਏ ਐਸ ਸਮਾਸਾਰੀ ਦੁਨੀਆ ਨਰਕ ਗਰੀਬ ਵੀ ਬਹੁਤ ਸੰ ਸਾਰੀ ਸ੍ਰਿਸ਼ਟੀ ਹੀ ਗਰੀਬ ਸਨ ਐਵੇਂ ਨਾ ਸਮਝੋ ਕਿ ਰਸ਼ੀਆ ਅਮਰੀਕਾ ਸ਼ਾਹੂਕਾਰ ਸਨ ਨਹੀਂ ਜਾਣਦੇ ਸਨ ਇਹਨਾਂ ਦੇ ਕੋਲ ਤਾਂ ਜੋ ਕੁਝ ਹੈਗਾ ਉਹ ਥੋੜਾ ਹੈਗਾ ਸਵਰਗ ਦੀ ਭੇਟ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਪਰ ਲ ਸਾਰੇ ਸਾਧਨ ਵੈਭਵ ਇਕੱਠੇ ਕੀਤੇ ਹੋਏ ਸਨ ਤਾਂ ਵੀ ਸਵਰਗ ਦੀ ਭੇਟ ਵਿੱਚ ਤਾਂ ਕੁਝ ਵੀ ਨਹੀਂ ਹੈਗੀ ਪਰ ਲ ਲਿਖਦੇ ਸਨ ਚਾਈਨਾ ਇਤਨਾ ਮਿਲੀਅਨ ਪਾਉਂਡ ਸੋਨਾ ਖਰੀਦ ਸਕਦਾ ਸਨ ਐਵੇਂ ਤਾਂ ਅਮਰੀਕਾ ਵੀ ਬਹੁਤ ਸ਼ਾਹੂਕਾਰ ਸਨ ਪਰੰਤੂ ਤੁਸੀਂ ਬੱਚੇ ਜਾਣਦੇ ਹੋ ਸਾਡੀ ਜਿਹੜੀ ਰਾਜਧਾਨੀ अथवा ਸਵਰਾਜ ਸਥਾਪਨ ਹੋ ਰਿਹਾ ਏ ਉਸ ਦੇ ਅੱਗੇ ਤਾਂ ਇਹ ਕੁਝ ਵੀ ਨਹੀਂ ਹੈਗੇ ਇੰਨਾ ਸਾਰਿਆਂ ਹੁਣ ਕੁਝ ਹੁੰਦਿਆਂ ਹੋਇਆਂ ਵੀ ਸਾਰੇ ਗਰੀਬ ਸਨ ਸਵਰਗ ਦੀ ਭੇਟ ਵਿੱਚ ਇਹ ਸਾਰੀ ਵਿਸ਼ਵ ਗਰੀਬ ਸਨ ਅਸ ਬਾਪ ਦਾ ਨਾਹੀਂ ਸਨ ਗਰੀਬ ਨਿਵਾਜ਼ ਭਾਰਤ ਹੀ ਸਵਰਗ ਵਿੱਚ ਕਿੰਨਾ ਧਨਵਾਨ ਸੀ ਪੇਟ ਕੀਤੀ ਜਾਂਦੀ ਏ ਹੁਣ ਦੇਖੋ ਕੀ ਹਾਲਤ ਹੋ ਗਈ ਏ ਬਾਪ ਗਰੀਬ ਨਿਵਾਜ਼ ਬੱਚਿਆਂ ਦੇ ਸਾਹਮਣੇ ਬੈਠੇ ਸਨ ਤੁਸੀਂ ਉਹਨਾਂ ਤੋਂ ਸਵਰਗ ਦਾ ਵਰਸਾ ਲੈ ਰਹੇ ਸਨ ਤੁਸੀਂ ਜਾਣਦੇ ਹੋ ਬਾਪ ਸਾਨੂੰ ਸਹਾukar ਬਣਾਉਂਦੇ ਸਨ ਅਸੀਂ ਮਹਾਰਾਜਾ ਮਹਾਰਾਣੀ ਕਿੰਨੇ ਸਹਾukar ਹੁੰਦੇ ਆਂ ਭਗਤੀ ਮਾਰਗ ਵਿੱਚ ਫਿਰ ਕਿੰਨੇ ਅਲੀ ਸ਼ਾ ਮੰਦਿਰ ਬਣਾਉਂਦੇ ਸਨ ਤਾਂ ਬਾਪ ਗਰੀਬ ਨਿਵਾਜ਼ ਨਾ ਸ਼ੋਭਦਾ ਨਹੀਂ ਹੈਗਾ ਉਹ ਸਰਣ ਨਵੀਂ ਦੁਨੀਆ ਦੀ ਸਥਾਪਨਾ ਕਰਨ ਵਾਲੇ ਹੁਣ ਸਨ ਨਵੀਂ ਪੁਰਾਣੀ ਦੁਨੀਆ ਸਮਝਦੇ ਸਨ ਪੁਰਾਣੀ ਦੁਨੀਆ ਦੇ ਮਨੁੱਖ ਕੀ ਹੋ ਗਏ ਸਨ ਸਵਰਗ ਤਾਂ ਸੁੱਖ ਦੇ ਭੰਡਾਰ ਹੋਣਗੇ ਕੋਈ ਵੀ ਉੱਥੇ ਦੁੱਖ ਨਹੀਂ ਹੋਵੇਗਾ ਐਸ ਦੁੱਖ ਦੀ ਦੁਨੀਆ ਨੂੰ ਬਦਲਣ ਵਾਸਤੇ ਹੀ ਹੁਣ ਪਾਪ ਆਏ ਸਨ ਕਿਵੇਂ ਬਦਲਦੇ ਸਨ ਉਹ ਵੀ ਹੁਣ ਤੁਸੀਂ ਬੱਚੇ ਜਾਣਦੇ ਹੋ ਉੱਥੇ ਫਿਰ ਕੋਈ ਲੜਾਈ ਝਗੜਾ ਆਦੀ ਦੀ ਕੋਈ ਗੱਲ ਹੀ ਨਹੀਂ ਹੁੰਦੀ ਗੀਤਾ ਵਿੱਚ ਫਿਰ ਕ੍ਰਿਸ਼ਨ ਦਾ ਨਾਮ ਦੇ ਦਿੱਤਾ ਏ ਦੁਨੀਆ ਨੂੰ ਪਲਟਣ ਵਾਲਾ ਕ੍ਰਿਸ਼ਨ ਤਾਂ ਹੋ ਨਹੀਂ ਸਕਦਾ ਦੁਨੀਆ ਨੂੰ ਪਲਟਣ ਵਾਲੇ ਨੂੰ ਤਾਂ ਗੋਡ ਆਖਦੇ ਸਨ ਹੁਣ ਤੁਸੀਂ ਸਮਝਦੇ ਹੋ ਅਸੀਂ ਕੀ ਤੋਂ ਕੀ ਬਣ ਰਹੇ ਹਾਂ ਅਸੀਂ ਤਾਂ ਕੁਝ ਵੀ ਨਹੀਂ ਜਾਣਦੇ ਸੀ ਬਰਾਬਰ ਅਸੀਂ ਵਿਸ਼ਵ ਦੇ ਮਹਾਰਾਜਾ ਮਹਾਰਾਣੀ ਬੰਦੇ ਹਾਂ ਨਾਮ ਹੀ ਸਨ ਗੋਲਡਨ ਇਸ ਸੋਨੇ ਦੀ ਦਵਾਰਕਾ ਦਵਾਰਿਕਾ ਨੂੰ ਵੀ ਸੋਨੇ ਦੀ ਆਖਦੇ ਸਨ ਦਵਾਰਕਾ ਮੰਨਿਆ ਸਾਰਾ ਸ਼ਹਿਰ ਹੀ ਸੋਨੇ ਦਾ ਹੋਵੇਗਾ ਤਾਂ ਜ਼ਰੂਰ ਇੰਨਾ ਥਾਦਨ ਹੋਵੇਗਾ ਨਾ ਬੱਚਿਆਂ ਨੂੰ ਸਾਖਸ਼ਾਤਕਾਰ ਵੀ ਕਰਾਇਆ ਜਾਂਦਾ ਏ ਬਾਪ ਆਖਦੇ ਸਨ ਜਿੰਨਾ ਤੁਸੀਂ ਅੱਗੇ ਜਾਓਗੇ ਉਨਾਂ ਤੁਹਾਨੂੰ ਘੜੀ ਘੜੀ ਸਾਖਸ਼ਾਤਕਾਰ ਵੀ ਹੁੰਦੇ ਰਹਿਣਗੇ ਆਪਣੇ ਦੇਸ਼ ਦੇ ਨਜ਼ਦੀਕ ਆਂਦੇ ਹਸਣ ਤਾਂ ਦਿਲ ਵਿੱਚ ਆਂਦਾ ਏ ਕਿ ਹੁਣ ਅਸੀਂ ਕਿੱਥੇ ਜਾ ਕੇ ਪਹੁੰਚੇ ਹਾਂ ਤੁਸੀਂ ਜਾਣਦੇ ਹੋ ਇਹ ਲੜਾਈ ਵੀ ਜ਼ਰੂਰ ਲੱਗੇਗੀ ਤਾਂ ਤਾਂ ਪੁਰਾਣੀ ਦੁਨੀਆ ਦਾ ਵਿਨਾਸ਼ ਹੋਵੇਗਾ ਜਿਵੇਂ ਵੇਖੋ ਦਿੱਲੀ ਹੁਣ ਪੁਰਾਣੀ ਹੋ ਗਈ ਏ ਫਿਰ ਅਈਓ ਨਵੀਂ ਬਣੇਗੀ ਤੁਸੀਂ ਜਾਣਦੇ ਹੋ ਇਹ ਸਾਰੀ ਦੁਨੀਆ ਹੁਣ ਕਬਰਿਸਤਾਨ ਬਣ ਪਈ ਹੈ ਹੁਣ ਇਸ ਨੂੰ ਪਰੀ ਸਥਾਨ ਬਣਾਉਣ ਦੇ ਲਈ ਬਾਪ ਨੂੰ ਆਣਾ ਪੈਂਦਾ ਹੈ ਬਾਬਾ ਸਾਹ ਨੂੰ ਨਵੀਂ ਦੁਨੀਆ ਦਾ ਵਰਸਾ ਦੇ ਰਹੇ ਸਣ ਭਾਰਤ ਦਾ ਅੱਜ ਉਹ ਦਿਨ ਆਇਆ ਹੈ ਜਿਹੜਾ ਕਰੀਬ ਭਾਰਤ ਫਿਰ ਤੋਂ ਸਵਰਗ ਦੀ ਬਾਦਸ਼ਾਹੀ ਲੈ ਕੇ ਸ਼ਾਹੂਕਾਰ ਬਣ ਜਾਂਦਾ ਹੈ ਨਵੀਂ ਦਿੱਲੀ ਤਾਂ ਸਾਰੀ ਹੀ ਨਹੀਂ ਨਵੀਂ ਕਹਾਗੇ ਨਾ ਪੁਰਾਣੀ ਹੈ ਤਾਂ ਸਾਰੀ ਹੀ ਪੁਰਾਣੀ ਹੋਵੇਗੀ ਨਵੀਂ ਦੁਨੀਆ ਵਿੱਚ ਨਵੀਂ ਦਿੱਲੀ ਹੋਵੇਗੀ ਗਾਂਧੀ ਜੀ ਵੀ ਆਖਦੇ ਸਨ अथवा ਹੁਣ ਵੀ ਕਹਿੰਦੇ ਸਨ RAM ਰਾਜ ਹੋਵੇ ਤਾਂ ਸਮਝਣਾ ਚਾਹੀਦਾ ਏ ਜ਼ਰੂਰ ਹੁਣ RAM ਰਾਜ ਹੀ ਆਖਦੇ ਸਨ ਫਲਾਣਾ ਸਵਰਗ ਪਧਾਰਿਆ ਤਾਂ ਜ਼ਰੂਰ ਨਰਕ ਵਿੱਚ ਸਨ ਤਾਂ ਹੀ ਤਾਂ ਆਖਦੇ ਸਨ ਸਵਰਗ ਵਿੱਚ ਗਿਆ ਸਵਰਗ ਵਿੱਚ ਇਹੋ ਜੇ ਅੱਖਰ ਨਹੀਂ ਬੋਲਣਗੇ ਇੱਥੇ ਜੀਵੇਂ ਸਵਰਗ ਨੂੰ ਯਾਦ ਕਰਦੇ ਸਨ ਉੱਥੇ ਬਾਪ ਨੂੰ ਯਾਦ ਕਰਦੇ ਸਨ ਕੋਈ ਮਰਦਾ ਸਨ ਤੇ ਆਖਦੇ ਸਨ ਹੈਵਨਲੀ ਗੋਡ ਫਾਦਰ ਉਸ ਹੈਵਨ ਵਿੱਚ ਕੋਈ ਕੋ ਕਿਹੜਾ ਧਰਮ ਨਿਵਾਸ ਨਹੀਂ ਕੋਈ ਵੀ ਧਰਮ ਨਿਵਾਸ ਨਹੀਂ ਕਰਦਾ ਗੋਡ ਫਾਦਰ ਹੀ ਆ ਕੇ ਹੈਵਨ ਸਥਾਪਨ ਕਰਦੇ ਸਨ ਤੁਸੀਂ ਵੇਖਦੇ ਹੋ ਬੈਠੇ ਵੀ ਦੇਖੋ ਕਿੰਨੇ ਸਧਾਰਨ ਰੀਤੀ ਹੋ ਡਰਾਮਾ ਦੇ ਰਾਜ ਨੂੰ ਵੀ ਤੁਸੀਂ ਹੀ ਜਾਣਦੇ ਹੋ ਜਿਹੜੀ ਸੀਨ ਇਸ ਸਮਾਂ ਚੱਲਦੀ ਏ ਉਹ ਫਿਰ ਬਾਅਦ ਵਿੱਚ ਰਿਪੀਟ ਹੋਵੇਗੀ ਫਿਰ 5000 ਵਰਿਆਂ ਬਾਅਦ ਰਿਪੀਟ ਹੋਣੀ ਏ ਕ੍ਰਾਈਸਟ ਨੂੰ ਕਰੋਸ ਤੇ ਚੜਾਇਆ ਪਾਸਟ ਹੋ ਗਿਆ ਇਹ ਵੀ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਜੋ ਫਿਰ ਫਿਰ ਤੋਂ ਰਿਪੀਟ ਹੋਵੇਗੀ ਕ੍ਰਿਸਚਨ ਧਰਮ ਨਹੀਂ ਹੋਵੇਗਾ ਫਿਰ ਤੋਂ ਕ੍ਰਾਈਸਟ ਆ ਕੇ ਸਥਾਪਨ ਕਰਨਗੇ ਇਹ ਗੱਲਾਂ ਸਿਵਾਏ ਤੁਹਾਡੇ ਔਰ ਕੋਈ ਦੀ ਬੁੱਧੀ ਵਿੱਚ ਨਹੀਂ ਬਹਿ ਸਕਦੀਆਂ ਬਾਪ ਆਖਦੇ ਸਨ ਮੈਂ ਫਿਰ ਤੋਂ 5000 ਵਰਿਆਂ ਬਾਅਦ ਰਾਜ ਯੋਗ ਸਿਖਾਉਣ ਵਾਸਤੇ ਆਇਆ ਹਾਂ ਟੀਚਰ ਆਖਣਗੇ ਅਸਾਂ ਤੁਹਾਨੂੰ ਸ੍ਰਿਸ਼ਟੀ ਦੇ ਆਦਮਤ ਅੰਤ ਦਾ ਰਾਜ ਸੁਣਾਇਆ ਇਹ ਨੋਲੇਜ ਸਿਵਾਏ ਪਰਮ ਪਿਤਾ ਪਰਮਾਤਮਾ ਦੇ ਔਰ ਕੋਈ ਵੀ ਨਹੀਂ ਦੇ ਸਕਦੇ ਇਹ ਗੱਲਾਂ ਸ਼ਾਸਤਰਾਂ ਵਿੱਚ ਨਹੀਂ ਸਨ ਇਹ ਕੋਈ ਸਮਝਦੇ ਥੋੜੀ ਸਨ ਕ੍ਰਾਈਸਟ ਵਿੱਚ ਕ੍ਰਾਈਸਟ ਫਿਰ 3000 ਵਰਸ਼ ਬਾਅਦ ਹੀ ਆਣਗੇ ਹੁਣ ਤਾਂ 2000 ਵਰਸ਼ ਹੋ ਚੁੱਕੇ ਨੇ ਤਾਂ 5000 ਵਰਿਆਂ ਦਾ ਹਿਸਾਬ ਹੋ ਗਿਆ ਨਾ ਪਰੰਤੂ ਕਿਸ ਦੀ ਗੁਲ ਬੁੱਧੀ ਵਿੱਚ ਇਹ ਗੱਲਾਂ ਆਂਦੀਆਂ ਨਹੀਂ ਤੁਸੀਂ ਬੱਚੇ ਜਾਣਦੇ ਹੋ ਅਸੀਂ ਬਾਪ ਤੋਂ ਫਿਰ ਤੋਂ ਸਵਰਗ ਦਾ ਵਰਸਾ ਲੈ ਰਹੇ ਸਨ ਅਸੀਂ ਕੋਈ ਲੜਾਈ ਨਹੀਂ ਲੜਦੇ ਬਾਪ ਇਹਨਾਂ ਸਾਥ ਥੋੜੀ ਕਰਾਂਦੇ ਸਨ ਤੁਸੀਂ ਬਾਪ ਦੁਆਰਾ ਡਬਲ ਇਨਸਕ ਬਣ ਕੇ ਡਬਲ ਸਿਰਤਾਜ ਬਣ ਰਹੇ ਹੋ ਬਰਾਬਰ ਤੁਸੀਂ ਜਾਣਦੇ ਹੋ ਅਸੀਂ ਮਨੁੱਖ ਤੋਂ ਦੇਵੀ ਦੇਵਤਾ ਮਹਾਰਾਜਾ ਮਹਾਰਾਣੀ ਬਣਦੇ ਹਨ ਹੁਣ ਤਾਂ ਨਹੀਂ ਹੈਗੇ ਹੁਣ ਫਿਰ ਬਾਪ ਸਾਨੂੰ ਇਹੋ ਜਿਹਾ ਬਣਾ ਰਹੇ ਸਨ ਇੱਥੇ ਕਿੰਨੀ ਗੱਲਾਂ ਬਾਪ ਤੁਹਾਨੂੰ ਸੁਣਾਉਂਦੇ ਸਨ ਹੁਣ ਕਿੰਨੇ ਗਰੀਬ ਬੱਚੇ ਸਨ ਫਿਰ ਉਹੀ ਉਹ ਸ਼ਾਹੂਕਾਰ ਬਣਨਗੇ ਤੁਹਾਨੂੰ ਇਹਨ ਲక్ష్ਮੀ ਨਾਰਾਇਣ ਦੀ ਇਸ ਥੀ ਜੋਗ੍ਰਾਫੀ ਦਾ ਹੁਣ ਪਤਾ ਪੈ ਗਿਆ ਹੈ ਇਹੋ ਜਿਹਾ ਕੋਈ ਵੀ ਮਨੁੱਖ ਨਹੀਂ ਜਿਸ ਨੂੰ ਹੁਣ ਆਪਣੇ 84 ਜਨਮਾਂ ਦਾ ਪਤਾ ਹੋਵੇ ਹੁਣ ਤੁਸੀਂ ਕਿੱਡੀ ਉੱਚੀ ਪੜ੍ਹਾਈ ਪੜਦੇ ਹੋ ਬੱਤਾ ਦੱਸਣ ਵਾਲਾ ਵੀ ਇੱਕ ਬਾਪ ਹੀ ਹੈਗਾ ਉਸ ਦੇ ਕਿੰਨੇ ਮੰਦਰ ਬਣਾਉਂਦੇ ਸਨ ਤੁਸੀਂ ਆਖਦੇ ਹੋ ਅਸੀਂ ਰਾਜ ਲਿੱਤਾ ਸੀ ਸਾਡੇ ਕਿੰਨੇ ਮੰਦਰ ਬਾਪ ਨੇ ਸਾਡੇ ਕਿੰਨੇ ਮੰਦਰ ਬਣਾਏ ਸੀ ਸਾਰਾ ਦਿਨ ਐਨ ਗੱਲਾਂ ਵਿੱਚ ਰਮਣ ਕਰਦੇ ਰਹੋ ਤਾਂ ਹਰਸ਼ਿਤ ਰਹੋਗੇ ਉਪਚਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਵਾ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁਖ ਸਾਰੇ ਮਾਇਆ ਦੇ ਤੂਫਾਨਾਂ ਤੋਂ ਕਦੇ ਵੀ ਡਰਨਾ ਨਹੀਂ ਯਾਦ ਦੀ ਰੇਸ ਕਰਦੇ ਰਹਿਣਾ ਹੈ ਯਾਦ ਦਾ ਹੀ ਚਾਰਟ ਵੀ ਰੱਖਣਾ ਹੈ ਯਾਦ ਵਿੱਚ ਹੀ ਸੇਫਟੀ ਦਾ ਸਾਧਨ ਹੈ ਸ਼੍ਰੀਮਤ ਤੇ ਚੱਲ ਕੇ ਅਸੀਂ ਸ੍ਰੇਸ਼ਟ ਰਾਜਧਾਨੀ ਸਥਾਪਨ ਕਰ ਰਹੇ ਸਨ ਅਸੀਂ ਅਨਨੋਨ ਅਰਥਾਤ ਗੁਪਤ ਲੇਕਿਨ ਵੈਰੀ ਵੈਲ ਪ੍ਰਖਿਆਤ ਵਾਇਰਸ ਸਮ ਵਾਰੀਅਰਸ ਸਨ ਇਸ ਰੂਹਾਨੀ ਨਸ਼ੇ ਵਿੱਚ ਰਹਿਣਾ ਹੈ ਅੱਜ ਦਾ ਵਰਦਾਨ ਹੈਗਾ ਪਰਮਾਤਮ ਪਿਆਰ ਦੀ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਕਰਨ ਵਾਲੇ ਪਦਮਾ ਪਦਮਪਾਗਵਾਨ ਬਾਬ ਪਦਮਾ ਪਦਮਪਾਗਵਾਨ ਬੱਚੇ ਸਦਾ ਪਰਮਾਤਮ ਪਿਆਰ ਦੇ ਵਿੱਚ ਲਵਲੀਨ ਰਹਿੰਦੇ ਸਨ ਪਰਮਾਤਮ ਪਿਆਰ ਦੀ ਸ਼ਕਤੀ ਕਿਸੇ ਵੀ ਪਰਿਸਥਿਤੀ ਨੂੰ ਸ੍ਰੇਸ਼ਟ ਸਥਿਤੀ ਵਿੱਚ ਬਦਲ ਦਿੰਦੀ ਹੈ ਅਸੰਭਵ ਕਾਰਜ ਨੂੰ ਸੰਭਵ ਕਰ ਦਿੰਦੀ ਹੈ ਮੁਸ਼ਕਿਲ ਨੂੰ ਸਹਿਜ ਕਰ ਦਿੰਦੀ ਹੈ ਕਿਉਂਕਿ ਬਾਪ ਦਾਦਾ ਜੀ ਦਾ ਵਾਅਦਾ ਹੈਗਾ ਹਰ ਸਮੱਸਿਆ ਨੂੰ ਪਾਰ ਕਰਨ ਵਿੱਚ ਪ੍ਰੀਤ ਦੀ ਰੀਤ ਨਿਭਾਉਂਦੇ ਰਹੋ ਲੇਕਿਨ ਕਦੇ-ਕਦੇ ਪ੍ਰੀਤ ਕਰਨ ਵਾਲੇ ਨਹੀਂ ਬੰਨਣਾ ਸਦਾ ਪ੍ਰੀਤ ਨਿਭਾਣ ਵਾਲਾ ਬੰਨਣਾ ਹੈ ਅੱਜ ਦਾ ਸਲੋਗਨ ਹੈਗਾ ਆਪਣੇ ਸ੍ਰੇਸ਼ਟ ਕਰਮ ਅਤੇ ਸ੍ਰੇਸ਼ਟ ਚਲਣ ਦੁਆਰਾ ਦੂਆਵਾਂ ਜਮਾ ਕਰ ਲੋ ਤਾਂ ਪਹਾੜ ਜੀ ਗੱਲ ਵੀ ਰੂਈ ਦੇ ਸਮਾਨ ਅਨੁਭਵ ਹੋਵੇਗੀ ਆਪਣੇ ਸ੍ਰੇਸ਼ਟ ਕਰਮ अथवा ਸ਼੍ਰੇਸ਼ਟ ਚਲਣ ਨਾਲ ਦੁਆਵਾਂ ਜਮਾ ਕਰ ਲਓ ਤਾਂ ਪਹਾੜ ਜਿਓ ਗੱਲ ਵੀ ਰੋਈ ਦੇ ਸਮਾਨ ਅਨੁਭਵ ਹੋਵੇਗੀ ਓਮ ਸ਼ਾਂਤੀ